ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਗਤਾਰ ਸਿੰਘ, MD ਗੁਰੂ ਨਾਨਕ ਦੇਵ ਪਬਲਿਕ ਸਕੂਲ ਧਰਮਗੜ੍ਹ, ਆਪਣੇ ਸਕੂਲ ਵੱਲੋਂ, ਸਟਾਫ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਜਨਮ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ। ਜਿੱਥੇ ਮੈਂ ਵਧਾਈ ਦਿੰਦਾ ਹਾਂ, ਉੱਥੇ ਨਾਲ ਹੀ ਮੈਂ ਆਪਣੇ ਸਕੂਲ ਬਾਰੇ ਵੀ ਇਲਾਕਾ ਨਿਵਾਸੀਆਂ ਨੂੰ ਚਾਨਣਾ ਪਾਵਾਂਗਾ। ਅਸੀਂ ਆਪਣੇ ਸਕੂਲ 'ਚ ਇੱਥੇ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਖੇਡਾਂ, ਧਾਰਮਿਕ ਪ੍ਰੀਖਿਆਵਾਂ ਅਤੇ ਹੋਰ ਗਤੀਵਿਧੀਆਂ ਕਰਾਉਂਦੇ ਹਾਂ। ਜਿਵੇਂ ਕਿ ਕਮਜ਼ੋਰ ਬੱਚਿਆਂ ਦੀਆਂ ਅਲੱਗ ਤੋਂ ਕਲਾਸਾਂ ਲਗਾਈਆਂ ਜਾਂਦੀਆਂ, ਉੱਥੇ ਹੀ ਬੱਚਿਆਂ ਨੂੰ ਗੇਮਾਂ ਵੱਲ ਉਤਸ਼ਾਹਿਤ। ਅਸੀਂ ਕੁਝ ਬੱਚਿਆਂ ਨੂੰ ਫ੍ਰੀ ਵੀ ਪੜ੍ਹਾਉਂਦੇ ਹਾਂ। ਇੰਨਾ ਕਹਿੰਦਾ ਹੋਇਆ ਮੈਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ। ਮੈਂ ਪਰਮਜੀਤ ਕੌਰ, ਪ੍ਰਿੰਸੀਪਲ ਗੁਰੂ ਨਾਨਕ ਦੇਵ ਪਬਲਿਕ ਸਕੂਲ ਧਰਮਗੜ੍ਹ। ਅਸੀਂ 15 ਸਾਲਾਂ ਤੋਂ ਮਤਲਬ ਸਕੂਲ ਚਲਾ ਰਹੇ ਹਾਂ ਅਤੇ ਇੱਥੇ ਸਾਡੇ ਕੋਲ ਮਤਲਬ ਗਰੀਬ ਬੱਚਿਆਂ ਦੇ ਪਰਿਵਾਰਾਂ ਦੇ ਬੱਚੇ ਵੀ ਪੜ੍ਹ ਰਹੇ ਨੇ ਅਤੇ ਅਸੀਂ ਇਹਨਾਂ ਨੂੰ ਚੰਗੀ ਸਿੱਖਿਆ ਦੇ ਰਹੇ ਹਾਂ ਅਤੇ ਇਹਨਾਂ ਨੂੰ ਗੇਮਾਂ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਬੱਚੇ ਵਧੀਆ ਨੰਬਰ ਲੈ ਕੇ, ਵਧੀਆ ਮਾਰਕਸ ਲੈ ਕੇ ਮੈਟ੍ਰਿਕ ਦੇ ਵਿੱਚ ਚੰਗੀ ਮਤਲਬ ਡਿਵੀਜ਼ਨ ਲੈ ਕੇ ਪਾਸ ਹੋ ਰਹੇ ਨੇ ਅਤੇ ਬੱਚਿਆਂ ਨੂੰ ਐਕਸਟਰਾ ਕਲਾਸਿਸ ਵੀ ਦਿੱਤੀਆਂ ਜਾਂਦੀਆਂ ਨੇ। ਜਿਹੜੇ ਬੱਚੇ ਪੜ੍ਹਾਈ ਵਿੱਚ ਕਮਜ਼ੋਰ ਨੇ ਉਹਨਾਂ ਨੂੰ ਮਤਲਬ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਅਤੇ ਅੱਗੋਂ ਵੀ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਸਾਡਾ ਸਕੂਲ ਹੋਰ ਅੱਗੇ ਅਸੀਂ ਵਧਾਈਏ ਅਤੇ ਕਮਜ਼ੋਰ ਬੱਚਿਆਂ ਨੂੰ ਵਧੇਰੇ ਅਸੀਂ ਸਸਤੀ ਵਿੱਦਿਆ ਉਹਨਾਂ ਨੂੰ ਉਪਲਬਧ ਕਰਾਈਏ ਅਤੇ ਉਹਨਾਂ ਵੱਲ ਵਿਸ਼ੇਸ਼ ਧਿਆਨ ਦਈਏ, ਉਹਨਾਂ ਨੂੰ ਗੇਮਾਂ ਵੱਲ ਉਤਸ਼ਾਹਿਤ ਕਰੀਏ ਅਤੇ ਉਹ ਚੰਗੇ ਲੈਵਲ 'ਤੇ ਆਉਣ ਅਤੇ ਅੱਗੇ ਜਾ ਕੇ ਉਹ ਆਪਣੇ ਪਰਿਵਾਰ ਦਾ ਅਤੇ ਸਾਡੇ ਸਕੂਲ ਦਾ ਨਾਮ ਰੋਸ਼ਨ ਕਰ ਸਕਣ। ਸਾਡੇ ਸਕੂਲ ਦਾ ਜਿਹੜਾ ਮਤਲਬ ਰਿਜ਼ਲਟ ਵਧੀਆ ਆ ਰਿਹਾ, ਬੱਚੇ ਚੰਗੀ ਮੈਰਿਟ 'ਚ ਆ ਰਹੇ ਨੇ, ਬੱਚੇ ਡਿਵੀਜ਼ਨ ਲੈ ਕੇ ਪਾਸ, ਚੰਗੇ ਨੰਬਰ ਲੈ ਕੇ ਪਾਸ ਹੋ ਰਹੇ ਨੇ। ਉਹਦੇ ਵਿੱਚ ਸਾਡੇ ਟੀਚਰ ਸਾਹਿਬਾਨ ਦਾ ਬਹੁਤ ਸਹਿਯੋਗ ਹੈ, ਉਹ ਆਪਣੀ ਮਿਹਨਤ ਸਦਕਾ ਉਹਨਾਂ ਨੂੰ ਮਤਲਬ ਉਹਨਾਂ ਨੂੰ ਵਧੀਆ ਪੜ੍ਹਾਈ ਦੇ ਕਰਵਾ ਰਹੇ ਨੇ ਅਤੇ ਅਸੀਂ ਉਹਨਾਂ ਦਾ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਅਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ।